लखां दुश्मन ने एक अख दिया लखां सखियां ने वो बंदिया तू रस्ता वेख के चल रब दित्तियां तेनू अखियां ने। सो इस तरह के कवि ने बयान किया है मनमुखा का तो इस तरह का हिसाब है उन्होंने बड़ा समझाना पड़ता है पर करनी उन्होंने अपनी मर्जी होंगी है। इस तरह का ही मनमूर्ख जड़ा है एक दुराचारी राजा अल बलख का जड़ा ईरान इराक के बेच एक शहर है बड़ी प्राचीन एक कथा छोटी जी मैं सामने प्रमाण रखना बड़ा अत्याचार करता सी गुरु नूं नहीं सी मनदा मनमुख सी शराबा पीणियां प्रजा ते अत्याचार करने एक ओदी दासी हुंदी सी ओदे महल दे विच उहनूं बड़ा ज्ञान सी। एक दिन राजे ने ओदी ड्यूटी लाती वी तूं जिहड़ी अज दी मेरे सौण दी सेज ना तूं सवारनी है। ओदी सेज लगदी हुंदी सी सवा मण कहिंदे ने उत्ते फुल्लां दी सेज बिछाई जांदी सी उस राजा से है बड़ा दुराचारी सी खाण पीण वाला सी नशियां दा आदि सी पर राज कर रहा सी कर्मां नूं भोगण रहा सी। एक दिन ओदी दासी दी ड्यूटी लग गई ते उहने फिर ओह सेज सजाई ओदी सवा मण फुल लगा के इन्ना इत्र उत्थे लाया भाव सुगंधित जिहड़ियां चीज़ां उत्थे पाईआं उहदे ते ते जदों सेज लग गई सौण दी तां वेख के फिर ओह बड़ी हैरान होई ए बड़ी अपने मन विच गल्लां सोचदी है भई मेरे कोल तां मंजी वी सौण नूं है नहीं ते मैं अज राजे दी सेज पलंग सजा रही हां जिथे राजे ने आके सौना है।
ਕਿਉਂ ਨਾ ਮੈਂ ਵੀ ਅੱਜ ਵੇਖਾਂ ਤੇ ਸਹੀ ਉਹਦੇ ਆਉਣ ਤੋਂ ਪਹਿਲਾਂ ਵੀ ਇਹਦੇ ਤੇ ਕਿੰਨਾ ਕੁ ਸਵਾਦ ਹੁੰਦਾ ਮਨ ਚ ਸੋਚਾਂ ਪਈ ਸੋਚ ਦੀਏ ਬਈ ਕਿਉਂ ਨਾ ਅੱਜ ਮੈਂ ਵੀ ਇਹਦਾ ਸਵਾਦ ਵੇਖਾਂ ਜਰਾ ਸੋ ਜਾਂਦੀ ਹੈ ਤਾਂ ਇੰਨਾ ਆਨੰਦ ਹੁੰਦਾ ਗੂੜੀ ਨੀਂਦ ਚ ਪੈ ਜਾਂਦੀ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਰਾਜਾ ਆ ਜਾਂਦਾ ਉੱਥੇ ਹੁਣ ਇੱਕ ਤੇ ਰਾਜਾ ਉੱਥੋਂ ਦੁਰਾਚਾਰੀ ਖਾਣ ਪੀਣ ਵਾਲਾ ਉਹਨੇ ਜਦੋਂ ਵੇਖਿਆ ਵੀ ਮੇਰੀ ਸੇਜ ਤੇ ਸੁੱਤੀ ਪਈ ਹੈ ਉਹਨੇ ਆਪ ਨਾ ਦੇਖਿਆ ਤਾਪ ਨਾ ਦੇਖਿਆ ਫੜ ਕੇ ਤੇ ਜਿਹੜੀ ਵੀ ਚੀਜ਼ ਲੱਭੀ ਉਹਨੂੰ ਕੁੱਟਣ ਲੱਗ ਪਿਆ ਬੜਾ ਮਾਰਿਆ ਉਹਨੂੰ ਬੜਾ ਰੋਈ ਉੱਥੇ ਤੇ ਜਦੋਂ ਉਹਨੇ ਕੁੱਟਣਾ ਜਦੋਂ ਛੱਡਿਆ ਤੇ ਫਿਰ ਹੱਸਣ ਵੀ ਲੱਗ ਪਈ ਰਾਜੇ ਨੇ ਪੁੱਛਿਆ ਵੀ ਤੂੰ ਦੱਸ ਹੱਸਦੀ ਕਿਉਂ ਹੈ ਤੇ ਰੋਣ ਕਿਉਂ ਰਹੀ ਸੈ ਰਾਜੇ ਨੂੰ ਉਹਨੇ ਦੱਸਿਆ ਬਈ ਜਿੰਨੀ ਦੇਰ ਤੇ ਤੂੰ ਕੁੱਟਦਾ ਰਿਹਾ ਮੈਨੂੰ ਉਨੀ ਦੇਰ ਤੇ ਮੈਨੂੰ ਬੜੀ ਦਰਦ ਹੁੰਦੀ ਰਹੀ ਹੈ ਤੇ ਮੈਂ ਰੋਂਦੀ ਰਹੀ ਹਾਂ ਪਰ ਜਦੋਂ ਤੂੰ ਕੁੱਟਣਾ ਮੈਨੂੰ ਬੰਦ ਕਰ ਦਿੱਤਾ ਤੇ ਉਦੋਂ ਮੈਂ ਹੱਸਣ ਲੱਗ ਪਈ ਹਾਂ ਕਿਉਂਕਿ ਮੈਂ ਵੇਖਿਆ ਵੀ ਜੋ ਕੁਛ ਹੋ ਰਿਹਾ ਮੇਰੇ ਨਾਲ ਉਹ ਚੰਗਾ ਹੀ ਹੋ ਰਿਹਾ ਰੱਬ ਜੋ ਕਰਦਾ ਉਹ ਚੰਗਾ ਹੀ ਕਰਦਾ ਮੈਂ ਗਰੀਬਣੀ ਜਿਹਨੂੰ ਮੰਜੇ ਤੇ ਸੌਣ ਵਾਸਤੇ ਵੀ ਜਗ੍ਹਾ ਨਹੀਂ ਮਿਲਦੀ ਅੱਜ ਪਲੰਘਾਂ ਤੇ ਸੁੱਤੀ ਹਾਂ ਤਾਂ ਫਿਰ ਉਹਦਾ ਫਿਰ ਮੈਨੂੰ ਹਰਜਾਨਾ ਤੇ ਭੁੱਖਣਾ ਹੀ ਪੈਣਾ ਸੀ ਜੇ ਮੈਂ ਅੱਜ 2 ਘੰਟੇ ਇਸ ਪਲੰਘ ਤੇ ਸੁੱਤੀ ਹਾਂ ਇਸ ਸੇਜ ਤੇ ਸੁੱਤੀ ਹਾਂ ਤੇ ਮੈਨੂੰ ਇੰਨੀ ਕੁੱਟ ਪਈ ਏ ਤੇ ਰਾਜਾ ਤੂੰ ਗਫਲਤ ਕਰਨ ਡਿਆ ਕਿਨੂੰ ਤੈਨੂੰ ਸਦੀਆਂ ਹੋ ਗਈਆਂ ਤੂੰ ਇਸ ਸੇਜ ਤੇ ਸੌਂ ਗਿਆ ਤੇਰਾ ਕੀ ਹਾਲ ਹੋਵੇਗਾ ਸੋ ਇਹੋ ਜਿਹੇ ਮਨ ਮੁੱਖਾਂ ਵਾਸਤੇ ਕਵੀ ਕਹਿੰਦਾ ਉਹ ਬੰਦਿਆ ਤੂੰ ਰਸਤਾ ਦੇਖ ਕੇ ਚੱਲ ਰੱਬ ਦਿੱਤੀਆਂ ਬਈ 2 ਤਾਕਤਾਂ ਚੱਲਣ ਦੀਆਂ ਨੇ ਸੰਸਾਰ 'ਚ ਮਨਮੁੱਖ ਵੀ ਆਪਣਾ ਕੰਮ ਕਰੀ ਜਾਣ ਦੇਣੇ ਅਤੇ ਗੁਰਮੁਖ ਵੀ ਆਪਣਾ ਕੰਮ ਕਰੀ ਜਾਣ ਦੇਣੇ